ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਜ਼ਰੂਰੀ ਸੂਚਨਾ ਕਿਸੇ ਵੀ ਉਸ ਕੰਸਲਟੈਂਟ ਤੋਂ ਅਪਲਾਈ ਨਾ ਕਰੋ ਜਿਸ ਕੋਲੇ ਮਨਜ਼ੂਰੀ ਨਹੀਂ ਹੈ ਜਾਂ ਪੰਜਾਬ ਸਰਕਾਰ ਦਾ ਲਾਇਸੈਂਸ ਨਹੀਂ ਹੈ ਹੁਣ ਵੱਡੀ ਗੱਲ ਕੈਨੇਡਾ ਤੋਂ ਐਸਡੀਐਸ ਤੇ ਨੌਨ ਐਸਡੀਐਸ ਕੇਸਾਂ ਦੇ ਵਿੱਚ ਮੋੜ ਬਹੁਤ ਵੱਡੀ ਕਲੈਰਿਟੀ ਆਈ ਹੈ ਇਹ ਕਲੈਰਿਟੀ ਕੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਕੈਨੇਡਾ ਤੋਂ ਜਿਸ ਤਰ੍ਹਾਂ ਨਾਲ ਰਿਫਿਊਜ਼ਲ ਆਏ ਨੇ ਉਸ ਤੋਂ ਬਾਅਦ ਵਿਦਿਆਰਥੀਆਂ ਦਾ ਅਵੇਅਰ ਹੋਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੀਰਤ ਸਿੰਘ ਪਿਨਾਕਲ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਕਿ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਤੀਰ ਸਿੰਘ ਪਨੈਕਲ ਜਿਹੜੇ ਕੀ ਇਸ ਗੱਲ ਲਈ ਬੜੇ ਮਸ਼ਹੂਰ ਨੇ ਕਿ ਇਹ ਰਿਫਿਊਜ਼ਡ ਕੇਸਸ ਨੂੰ ਵੀ ਪੀਪੀਆਰ ਲੈ ਕੇ ਦਿੰਦੇ ਨੇ ਆਪਣੀਆਂ ਐਫਰਟਸ ਦੇ ਨਾਲ ਔਰ ਇਹਦੇ ਲਈ ਇਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ 100% ਕਿਤੇ ਵੀ ਸਕਸੈਸ ਰੇਟ ਨਹੀਂ ਹੁੰਦਾ ਪਰ ਇਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਜ਼ਿਆਦਾ ਹੈ ਤੀਰ ਜੀ ਹੁਣ ਮੈਂ ਚਾਹੂੰਗਾ ਕਿ ਅੱਜ ਪੂਰੀ ਕਲੈਰਿਟੀ ਕਰ ਦਿਓ ਜਿਹੜੀ ਨਵੀਂ ਨਵੇਂ ਨਵੇਂ ਅਪਡੇਟਸ ਨਾਲ ਇਨਕਲੂਡ ਕਰਕੇ ਐਸਡੀਐਸ ਔਰ ਨਾਨ ਐਸਡੀਐਸ ਕੇਸਸ ਦੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸੀ ਗੱਲ ਦੀ ਸਰ ਬਹੁਤ ਇੰਪੋਰਟੈਂਟ ਟਾਪਿਕ ਹੈ ਸੋ ਅੱਜ ਸਵੇਰੇ ਵੀ ਲਾਈਵ ਸ਼ੋਅ ਜਦੋਂ ਲਾਇਆ ਸੋ ਹਰ ਬੱਚੇ ਦਾ ਅੱਜ ਦੀ ਰੇਟ ਸਵਾਲ ਇਹੀ ਆ ਕਿ ਫਾਈਲ ਲੱਗੀ ਹੋਈ ਆ ਸਰ ਕਦੋਂ ਤੱਕ ਰਿਜ਼ਲਟ ਆ ਜਾਏਗਾ ਮੇਰੇ ਬਾਇਓਮੈਟ੍ਰਿਕ ਅਪਡੇਟ ਹੋ ਗਏ ਮੇਰਾ ਮੈਡੀਕਲ ਅਪਡੇਟ ਹੋ ਗਿਆ ਜਾਂ ਹਜੇ ਕੋਈ ਇਹ ਵੀ ਨਹੀਂ ਅਪਡੇਟ ਹੋਏ ਮੈਂ ਹੁਣ ਕੀ ਕਰਾਂ ਕਦੋਂ ਤੱਕ ਮੇਰਾ ਰਿਜ਼ਲਟ ਆ ਸਕਦਾ ਤੇ ਮੇਨ ਜਿਹੜਾ ਇਹ ਜਦਾਂ ਮੰਚ ਆਸੀ ਹਮੇਸ਼ਾ ਜਦਾਂ ਸਰ ਡੱਲਾ ਸਰ ਦੇ ਨਾਲ ਅਸੀਂ ਮੇਨ ਮੁੱਦੇ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਆਉਨੇ ਆ ਤਾਂ ਕਿ ਸਟੂਡੈਂਟ ਅਵੇਅਰ ਰਹ ਸਕੇ ਸਟੂਡੈਂਟਸ ਦੇ ਪੇਰੈਂਟਸ ਅਵੇਅਰ ਰਹ ਸਕੇ ਸੋ ਰੜਾ ਪੋਜ਼ਿਟਿਵ ਰਿਜ਼ਲਟ ਆਉਣਾ ਤੇ ਰਿਫਿਊਜ਼ਲ ਆਉਣੀ ਸਾਡੇ ਹੱਥ ਨਹੀਂ ਹੈਗੀ ਬਟ ਸਾਡੇ ਹੱਥ ਕੀ ਹੈਗਾ ਕਿ ਅਸੀਂ ਅਪਡੇਟ ਰਹੀਏ ਅਸੀਂ ਅਵੇਅਰ ਰਹੀਏ ਅਸੀਂ ਟਾਈਮ ਦੀ ਨਜਾਕਤ ਨੂੰ ਸਮਝੀਏ ਤੈਨ ਕੋ ਡਿਸੀਜਨ ਲਈਏ ਸੋ ਜਿਹੜਾ ਨੌਨ ਐਸਜੀ ਐਸਾ ਇੱਕ ਬਹੁਤ ਵੱਡਾ ਕਾਫੀ ਪਿਛਲੇ ਟਾਈਮ ਤੋਂ ਰੌਲਾ ਚੱਲ ਰਿਹਾ ਸੀਗਾ ਤੋਂ ਇੱਕ ਮੈਂ ਸਟੂਡੈਂਟ ਲੈ ਰਹਾ ਦੀ ਗੱਲ ਕਰੂੰਗਾ ਕਿ ਆ ਪਿਛਲੇ ਫਰਾਈਡੇ ਆ ਥੋੜੇ ਦਿਨ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਹੀ ਜਿਹੜਾ ਇੱਕ ਆਪਣਾ ਨਵਾਂ ਅਪਡੇਟ ਆਇਆ ਉਹਸ ਅਪਡੇਟ ਦੇ ਵਿੱਚ ਆਇਆ ਸੀ ਸੀ ਨੇ ਜਦੋਂ ਕਲੈਰਿਟੀ ਦਿੱਤੀ ਕਿ ਇਹ ਕੈਟੇਗਰੀਆਂ ਐਸਡੀਐਸ ਨੌਨ ਐਸਡੀਐਸ ਦੇ ਵਿੱਚ ਹੈਗੀਆਂ ਆਲ ਜਰਨਲ ਨੂੰ ਵੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਆਲ ਜਰਨਲ ਹੈਗੀ ਆ ਤਾਂ ਇਹ ਐਸਡੀਐਸ ਕੈਟੇਗਰੀ ਚ ਫਾਈਲ ਲਾਉਂਚ ਕਰ ਸਕਦੇ ਆ ਤੇ ਮੈਂ ਸੂਟਾ ਨੂੰ ਦੱਸ ਦਵਾ ਇਹ ਜਿਹੜੀ ਫੈਸਿਲਿਟੀ ਆ ਆਇਆ ਸੀ ਸੀ ਨੇ ਬਹੁਤ ਪਹਿਲਾਂ ਨਹੀਂ ਦਿੱਤੀ ਹੋਈ ਆ ਕਿ ਕਿ ਇਹਦੇ ਪਿਛਲੇ ਵੈਬਿਨਾਰ ਹੋਏ ਸੀਗੇ ਨਾ ਅੱਜ ਤੋਂ 7-8 ਮਹੀਨੇ ਪਹਿਲਾਂ ਵੀ ਉਦੋਂ ਵੀ ਆਇਆ ਸੀ ਸੀ ਨੇ ਇਹ ਫੈਸਿਲਿਟੀ ਦਿੱਤੀ ਹੋਈ ਸੀ ਉਹਨੂੰ ਇੱਕ ਵਾਰੀ ਦੁਬਾਰਾ ਹਾਈਲਾਈਟ ਕੀਤਾ ਕਿ ਤੁਸੀਂ ਜੇਕਰ ਤੁਹਾਡੇ ਕੋਲ ਆ ਜਨਰਲ ਵੀ ਹੈਗੀ ਐਸਡੀਐਸ ਕੈਟਾਗਰੀ ਚ ਫਾਈਲ ਤੀ ਲਗਵਾ ਸਕਦੇ ਆ ਬਟ ਅੱਜ ਮੈਂ ਗੱਲ ਕਰਨੀ ਚਾਹੂੰਗਾ ਦਿਲੋਂ ਸਾਰੇ ਸਟੂਡੈਂਟ ਨੂੰ ਪੀਟੀ ਵਾਲੇ ਬੱਚਿਆਂ ਨੂੰ ਕਿਉਂਕਿ ਪੀਟੀ ਵਾਲੇ ਬੱਚੇ ਆ ਕਾਫੀ ਪਿਛਲੇ ਟਾਈਮ ਤੋਂ ਨਿਰਾਸ਼ ਹੋਏ ਹੋਏ ਸੀਗੇ ਹਿੰਮਤ ਛੱਡ ਰਹੇ ਸੀ ਨੋਨ ਐਸਡੀਐਸ ਵਾਲੇ ਬੱਚੇ ਤੋਂ ਅਸੀਂ ਹਮੇਸ਼ਾ ਪੂਰੀ ਟਰਾਈ ਕੀਤੀ ਜੋ ਵੀ ਸੱਚ ਹੈਗਾ ਸਟੂਡੈਂਟ ਨਾਲ ਸਾਹਮਣੇ ਲੈ ਕੇ ਆਇਆ ਜਾਵੇ ਐਕਸਟਰਾ ਆਪਾਂ ਚੀਜ਼ਾਂ ਕੀ ਕਰ ਸਕੀਏ ਕਿ ਜਿਹੜੇ ਬੱਚੇ ਪੀਟੀ ਵਾਲੇ ਬੱਚੇ ਵੀਜ਼ਾ ਲੈ ਜਾਂਦੇ ਤੇ ਬਹੁਤ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬੀ ਹੋਏ ਆ ਬਟ ਆਪਾਂ ਅੱਜ ਗੱਲ ਕਰਨੀਆਂ ਹੁਣ ਫੈਬ ਦੇ ਜਿਹੜਾ ਆਪਾਂ ਸੈਕੰਡ ਵੀਕ ਸਟਾਰਟ ਹੋਣ ਲੱਗਾ ਵਾ ਆਪਾਂ ਅੱਜ ਪਹਿਲੇ ਦਿਨ ਆ ਫੈਬ ਦੇ ਸਟਾਰਟ ਵੀਕ ਹੋਣ ਤੋਂ ਪਹਿਲਾਂ ਤੇ ਬਟ ਅੱਜ ਜਿਹੜੀ ਮੈਂ ਗੱਲ ਕਰਨੀ ਆ ਜਿਹੜੇ ਬੱਚੇ ਹੁਣ ਪੀਟੀ ਦੇ ਫਾਈਲਸ ਲੱਗ ਰਹੀਆਂ ਸੀਗੀਆਂ ਸਪੈਸ਼ਲੀ ਉਹ ਬੱਚੇ ਜਿਹੜੇ 60 ਤੋਂ ਘੱਟ ਸਕੋਰ ਸੀਗੇ ਤੇ ਕਈ ਬੱਚੇ ਥੋੜੇ ਇਦਾਂ ਦੇ ਵੀ ਆ ਜਿਹੜੇ ਸਾਨੂੰ ਮਿਲੇ ਆ ਲਾਈਵ ਚ ਕਾਲਸ ਕੀਤੀਆਂ ਵਾ ਜਿਹਨਾਂ ਦੇ ਵਧੀਆ ਸਕੋਰ ਸੀ ਪੀਟੀ within a 3 days 5 days 7 days 10 days ਉਹਨਾਂ ਦੀ ਫਾਈਲ ਤੇ ਰਿਜ਼ਲਟ ਆ ਗਿਆ ਤੇ ਅਨਫੋਰਚੂਨੇਟਲੀ ਕੀ ਸੀਗਾ ਉਹਨਾਂ ਦੀ ਫਾਈਲ ਤੇ ਰਿਜ਼ਲਟ ਫੇਵਰ ਚ ਨਹੀਂ ਆਇਆ ਸੋ ਇੱਕ ਚੀਜ਼ਾਂ ਕਿਹੜੇ ਚੀਜ਼ ਨੂੰ ਅੰਦਾਜ਼ਾ ਦੇ ਰਹੀਆਂ ਸੋ ਇੱਕ ਪਾਸੇ ਤਾਂ ਬੈਕਲੌਗ ਆ ਇੱਕ ਪਾਸੇ ਆਇਆ ਸੀਸੀ ਦੀ ਜਿਹੜੇ ਕੀ ਆ ਇਮੀਗ੍ਰੇਸ਼ਨ ਜਿਹੜੇ ਆਫੀਸਰ ਵੀ ਹੈਗੇ ਆ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਹੈਗੇ ਆ ਉਹਨਾਂ ਨੇ ਇੱਕ ਵਾਰ ਕਿਹਾ ਕਿ ਅਸੀਂ ਆਪਣਾ ਬੈਕਲੌਗ ਨੂੰ ਘਟਾਵਾਂਗੇ ਛੇਤੀ ਆ ਸੋ ਨੰਬਰ ਆਫ ਰੀਜ਼ਨਸ ਹੋ ਸਕਦੇ ਆ ਚਾਹੇ ਜਿਹੜਾ ਉਹ ਪੁਰਾਣਾ ਸੌਫਟਵੇਅਰ ਚ ਨੂਕ ਸੌਫਟਵੇਅਰ ਕਿਸ ਤਰ੍ਹਾਂ ਲਾਇਆ ਕਿ ਕਿਸੇ ਤਰ੍ਹਾਂ ਬੈਕਲੌਗ ਘਟਾਇਆ ਜਾਵੇ ਜਲਦੀ ਤੋਂ ਜਲਦੀ ਪ੍ਰੋਸੈਸ ਹੋਵੇ ਬਟ ਆ ਜਿਹੜੀਆਂ 3 ਦਿਨ 5 ਦਿਨ 7 ਦਿਨ ਰਿਫਿਊਜ਼ਲਸ ਆ ਬਟ ਇੱਕ ਚੀਜ਼ ਤੋਂ ਅੰਦਾਜ਼ਾ ਜ਼ਰੂਰ ਆ ਕਿ ਵੀਜ਼ਾ ਆਫੀਸਰ ਤੋਂ ਮੈਨੂੰ ਨਹੀਂ ਪਤਾ ਲੱਗਦਾ ਕਿ ਫਾਈਲ ਐਮਬੈਸੀ ਚ ਗਈ ਹੋਣੀ ਹੈ ਕਿ ਸਿੱਧਾ ਸੌਫਟਵੇਅਰ ਨੇ ਇੱਕ ਫਿਲਟਰ ਕੀਤੀਆਂ ਸੋ ਬੱਚਿਆਂ ਨੂੰ ਜਿਹੜਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਸੋ ਬੱਚਾ ਹੁਣ ਕੀ ਕਰੇ ਕਿ ਪੀਟੀ ਕੈਨੇਡਾ ਲਈ ਬਹੁਤ ਵੀਡੀਓਜ਼ ਆ ਚੁੱਕੀਆਂ ਬੱਚਾ ਡਰ ਚੁੱਕਾ ਜਿਹਨਾਂ ਦੀ ਫਾਈਲ ਐਮਬੈਸੀ ਦੇ ਵਿੱਚ ਹੈਗੀ ਆ ਸ ਜਿਨ੍ਹਾਂ ਨੇ ਫਾਈਲ ਜਾਂ ਲੋਚ ਕਰਨੀ ਹੈ ਬੜਾ ਫੈਕਟ ਸੀ ਗੱਲ ਕਰੂੰਗਾ ਆ ਪਿਛਲੇ 15 ਦਿਨ ਦੇ ਵਿੱਚ ਆ ਜਿਹੜਾ ਟ੍ਰੈਂਡ ਦੇਖਿਆ ਪੀਟੀ ਦੇ ਫੇਮ ਵਿੱਚ ਨਹੀਂ ਰਿਹਾ ਬਟ ਮੈਂ ਦੱਸ ਦਵਾਂ ਆ ਜਿਹੜਾ ਟ੍ਰੈਂਡ ਆ ਇਹ ਉਹ ਟ੍ਰੈਂਡ ਆ ਜਿਹੜੀਆਂ ਫਾਈਲਸ ਨਵੀਆਂ ਲੱਗੀਆਂ ਜਿਹੜੇ ਟ੍ਰੈਂਡ ਪੀਟੀ ਦੀਆਂ ਹਜੇ ਫਾਈਲ ਮੈਸੇਜ ਚ ਲੱਗੀਆਂ ਬੜਾ ਮੈਸੇਜਰੀ ਹੈਗੀਆਂ ਹਜੇ ਉਹਨਾਂ ਦੀ ਫਾਈਲ ਤੇ ਰਿਜ਼ਲਟ ਨਹੀਂ ਆਇਆ ਸੋ ਜੇ ਤਾਂ ਫਾਈਲ ਕੰਪੀਟੀਟਿਵ ਉਹਨਾਂ ਨੂੰ ਵੀਜ਼ਾ ਵੀ ਮਿਲਿਆ ਵਾ ਬਟ ਆ ਜਿਹੜੇ ਹੁਣ 10-15 ਦਿਨਾਂ ਚ ਨਵੀਂ ਫਾਈਲ ਪੀਟੀ ਤੇ ਲੱਗੀ ਆ ਇੱਕ ਚੋ ਸਾਢੇ ਪੰਜ ਵਾਲਾ ਦਾ ਅਪਲਾਈ ਨਾ ਕਰੇ ਮੈਂ ਉਹ ਤੇ ਤਾਂ ਹੁਣ ਬਟ ਪੀਟੀ ਵਾਲੇ ਬੱਚੇ ਜੀ ਹੁਣ ਅਪਲਾਈ ਕਰਨਾ ਚਾਹੁੰਦੇ ਆ ਤੇ ਮੈਂ ਕਹੂੰਗਾ ਆਪਾਂ ਵੇਟ ਕਰੀਏ ਆਪਾਂ ਸਮਝ ਦੀ ਉਹਨੂੰ ਜਾ ਕੇ ਤੁਹਾਨੂੰ ਸਮਝਾ ਦਈਏ ਅੱਜ ਦੀ ਦੌਰ ਦੇ ਵਿੱਚ ਸੌਫਟਵੇਅਰ ਕਹਿ ਲਈਏ ਕੁਝ ਕਹਿ ਲਈਏ ਬਟ ਬਹੁਤ ਸ਼ਾਰਟ ਟਾਈਮ ਸਟੂਡੈਂਟ ਨੂੰ ਰਿਫਿਊਜ਼ਸ ਦੇਖਣ ਨੂੰ ਮਿਲ ਰਹੀਆਂ ਬਟ ਪੋਜ਼ਿਟਿਵ ਗੱਲ ਕੀ ਆ ਇਹ ਜਿਹੜਾ ਅਪਡੇਟ ਆਇਆ ਫਰਾਈਡੇ ਜਿਹੜਾ ਅਪਡੇਟ ਆਇਆ ਉਹ ਅਪਡੇਟ ਦੇ ਵਿੱਚ ਤੇ ਉਹਨਾਂ ਨੇ ਕਲੈਰਿਟੀ ਦਿੱਤੀ ਕਿ ਅੰਡਰ ਨੋਨ ਐਸਡੀਐਸ ਤੇ ਆਪਾਂ ਸਮਝ ਦੀ ਨਜ਼ਾਕਤ ਨੂੰ ਸਮਝਾ ਦਈਏ ਤੇ ਜੇਕਰ ਤੁਸੀਂ ਪੀਟੀ ਕੀਤੀ ਹੋਈ ਹੈ ਤੇ ਜ਼ਰੂਰ ਆਪਾਂ ਵੇਟ ਕਰੀਏ ਸੋ ਐਸੇ ਮਾਂਚੇ ਸੀ ਤੁਹਾਡੇ ਨਾਲ ਵਾਦਾ ਕਰਦੇ ਆਂ ਆਲਰੇਡੀ ਤੁਹਾਡੇ ਨਾਲ ਵਾਦਾ ਕੀਤਾ ਸੱਚ ਤੁਹਾਡੇ ਤੱਕ ਲੈ ਕੇ ਆਵਾਂਗੇ ਹਜੇ ਪੀਟੀ ਵਾਲੇ ਫਾਈਲਸ ਨੂੰ ਥੋੜੀ ਦੇ ਰੁਕ ਜਾਣਾ ਚਾਹੀਦਾ 5-7 10 ਦਿਨ ਜ਼ਰੂਰ ਰੁਕ ਜਾਣਾ ਚਾਹੀਦਾ ਜਦੋਂ ਜਿਹੜੇ ਰੀਸੈਂਟ ਫਾਈਲਸ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਆਪਾਂ ਕਿਹਾ ਕਿਸੇ ਲਈ ਐਗਜ਼ੈਂਪਲਸ ਬਣ ਗਏ ਕਿ ਆਹ ਕਹਿ ਰਹੀ ਹੈ ਕਿ ਜਿੱਦਾਂ ਹੁਣ ਅਸੀਂ ਇਹ ਐਗਜ਼ੈਂਪਲਸ ਦੀ ਗੱਲ ਹੀ ਕਰ ਰਹੇ ਆਂ ਜਿਹੜੇ ਬੱਚਿਆਂ ਨੇ ਫਾਈਲਸ ਲੌਂਚ ਕੀਤੀਆਂ ਤੇ ਉਹਨਾਂ ਬੱਚਿਆਂ ਨੇ ਰਿਜ਼ਲਟ 3-3 5-5 7-7 ਦਿਨ ਚ ਆਇਆ ਬਹੁਤ ਸਾਰੇ ਬੱਚਿਆਂ ਨੇ ਲਾਈਵ ਕਾਲ ਤੇ ਫੋਨ ਕੀਤੀਆਂ ਸੋ ਦੱਸਦੇ ਮੈਂ ਨਾ ਛੋਟੇ ਨੰਬਰ ਚ ਸੀਗੀਆਂ ਬਟ ਸਾਡੇ ਵੀ ਪੀਟੀ ਚ ਉਹਨਾਂ ਬੱਚਿਆਂ ਨੂੰ ਵੀ ਰਿਜ਼ਲਟ ਉਹਦੇ ਫੇਵਰ ਚ ਨਹੀਂ ਆ ਸਕਿਆ ਸੋ ਮੈਂ ਉਸ ਚੀਜ਼ ਤੋਂ ਡਰਦੇ ਨਹੀਂ ਜਾਂ ਜੋ ਸੱਚ ਆ ਸੀ ਤੁਹਾਡੇ ਨਾਲ ਹਮੇਸ਼ਾ ਸਾਹਮਣੇ ਰੱਖਦੇ ਆ ਸੋ ਪੀਟੀ ਵਾਲੇ ਸਟੂਡੈਂਟ ਜਿਹੜੇ ਅੱਜ ਦੀ ਦੇਚ ਫਾਈਲ ਲੌਂਚ ਕਰ ਰਹੇ ਆ ਉਹਨਾਂ ਦੇ ਰਿਜ਼ਲਟ ਫੇਵਰ ਚ ਨਹੀਂ ਆ ਸੋ ਹਰ ਬੱਚੇ ਨੂੰ ਕਹਾਂਗਾ ਕਿ ਵੇਟ ਕਰਕੇ ਸਬਰ ਰੱਖ ਕੇ ਜ਼ਰੂਰ ਆਪਣੀ ਫਾਈਲ ਹੁਲਡ ਤੇ ਲੱਗ ਜਾ ਲਾ ਲੋ ਚਾਹੇ ਮੈਂ ਹੀ ਇੰਟੇਕ ਹੀ ਕਿਉਂ ਨਾ ਹੋਵੇ ਥੋੜੇ ਦਿਨ ਜਰੂਰ ਵੇਟ ਕਰੋ 10-15 ਦਿਨ ਤੇ ਜਰੂਰ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਇਸੇ ਮੰਚ ਤੇ ਵੀਡੀਓ ਲੈ ਕੇ ਆਵਾਂਗੇ ਦੈਨ ਡਿਸਾਈਡ ਕਰਾਂਗੇ ਆਫਟਰ 10 ਟੂ 15 ਡੇਸ ਆਪਾਂ ਕੀ ਕਰੀਏ ਸੋ ਉਦੋਂ ਤੱਕ ਬੱਚਿਆਂ ਨੂੰ ਮੈਂ ਜਰੂਰ ਕਹੂੰਗਾ ਕਿ ਆਪਣੀ ਐਰਸੀ ਪ੍ਰੈਪਰੇਸ਼ਨ ਜਰੂਰ ਰੱਖੋ ਜੇ ਐਦਾਂ ਦਾ ਹੀ ਟ੍ਰੈਂਡ ਰਹਾ ਤੇ ਬਿਲਕੁਲ ਕਿਤੇ ਨਾ ਕਿਤੇ ਆਪਾਂ ਨੂੰ ਪੀਟੀ ਤੋਂ ਕੈਨੇਡਾ ਨੂੰ ਕਿਨਾਰਾ ਕਰਨਾ ਹੀ ਪੈਗਾ ਜੇ ਹੋਰ 10-15 ਦਿਨ ਇਦਾਂ ਦਾ ਹੀ 트ੈਂਡ ਚੱਲਦਾ ਰਿਹਾ ਤਾਂ ਤੁਹਾਨੂੰ ਕੋਈ ਡਾਊਟ ਆ ਕਿ ਤਾਂ ਜਰੂਰ ਤੁਸੀਂ ਸਾਨੂੰ ਸਾਡੇ ਏਸੀ ਡਿਸਪਲੇ ਹੁੰਦੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਆ ਥੈਂਕ ਯੂ ਸੋ ਮੱਚ ਜੀ ਬਹੁਤ ਇੰਪੋਰਟੈਂਟ ਮਹੱਤਵਪੂਰਨ ਇਨਫੋਰਮੇਸ਼ਨ ਹੈ ਜਿਹੜੀ ਤੀਰਤ ਸਿੰਘ ਪੈਨੈਕਲ ਜੀ ਨੇ ਸਾਂਝੀ ਕੀਤੀ ਹੈ 8557858578 ਜ਼ਰੂਰ ਵਿਦਿਆਰਥੀ ਇਹਨਾਂ ਦੀਆਂ ਗੱਲਾਂ ਨੂੰ ਸਮਝਣ ਤੇ ਇੱਕ ਵਾਰੀ ਇਹਨਾਂ ਤੋਂ ਕਲੈਰੀਫਿਕੇਸ਼ਨ ਜ਼ਰੂਰ ਲਓ ਟੈਲੀਫੋਨ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਤੀਰਤ ਜੀ